ਯੀਸੂ ਰੂਪ ਬਦਲਿਆਉਣ। ਤੇ ਉਹ ਦਿਨ ਯੀਸੂ ਆਪਣਾ ਤਿੰਨ ਚਾਲਨ ਪਤਰਸ, ਯਾਕੂਬ ਔਰ ਯੂਹੰਨਾ, ਯੂ ਯੂਹੰਨਾ ਨੂੰ ਚਾਲ ਵ ਨੈਚੀ ਜੈਮੇ ਬਈ ਯੀਸੂ ਬਤਿਸਮਾ ਲੀਨ ਥੋਈ ਕਦਗੜ ਲੀ ਕੇ ਪ੍ਰਾਰਥਨਾ ਕੌਣ ਕਹੀਓ ਉੱਚ ਪੌੜ ਪਰ ਗੋਯੂ। ਜਬ ਯੀਸੂ ਪ੍ਰਾਰਥਨਾ ਕੌਣ ਥੋਏ ਤੇ ਮੁੱਖ ਗਾਮ ਜਾ ਚਕਮਿਆਣ ਲਏ ਗੋਰ ਤੇ ਜੁਲ ਚਕਮਿਆਟਲ ਛੇਤ ਹੋਈ ਥਾਏ ਜਣੋ ਪ੍ਰਿਥਵੀ ਬਕਪੇ ਕੇ ਨੈ ਸੌਕੁਨ ਤਸ ਬਜਦ ਛੇਤੂ ਹੋਈ ਥੋਈ ਤਾਂ ਮੂਸਾ ਦੇ ਐਲਿਆ ਭਵਿਸ਼ਯਤਕ ਤਾਂ ਪ੍ਰਗਟ ਭਾਏ ਕਿ ਮਨਕ ਆਜ ਬਸ 100 ਸਾਲ ਪਹਿਲੇ ਪ੍ਰਿਥਵੀ ਮਾ ਰਾਨ ਥਾਏ ਤਨਲ ਯੀਸੂ ਦਗੜ ਤੇ ਮਨਕ ਵਿਸ਼ੇ ਮੈਂ ਬਤਕ ਗਈ ਕਿਲੇ ਕਿ ਯੀਸੂ ਜਲਦੀ ਯਰੂਸ਼ਲਮ ਮੈਂ ਮਾਰੀ ਜਾਣ ਵਾਤ ਹੋਈ। ਜਬ ਮੂਸਾ ਦ ਅਹਿਲਿਆਲ ਯੀਸੂ ਦਗੜ ਬਤਾ ਕੌਣਾ ਬਾਤ ਪਤਰਸਲ ਯੀਸੂ ਮੈਂ ਬੋਇਲ ਹਮਨ ਕੇ ਇੱਕ ਰੌਣ ਭੱਲੁਚ ਹਮ ਤੀਨ ਬੀਦੀ ਬਣੋਲ ਯੋ ਤਵੇਕੇ ਯੋ ਮੂਸਕ ਔਰ ਯੋ ਅਹਿਲਿਆਕ ਪਰ ਪਤਰਸ ਨੇ ਜੰਤ ਹੋਏ ਕਿ ਵਾ ਕਿਬੂਣੋ। ਜਾ ਪਤਰਸ ਯੀਸੂ ਦਗੜ ਬੁਲਾਣਤ ਹੋਏ ਤੋ ਯੋ ਚਕਮਿਆਠਾ ਬਾਦੋਵਲ ਤੋ ਵਾ ਏਕੇ ਤਨਕੇ ਢਕੇਲ ਔਰ ਤਨਲ ਤਬਾਦੋ ਮਬ ਯੋ ਧਾਜਾ ਆਉਣਾ ਸੁਣੀ ਤੇਲ ਬੁਏਲੀ ਯੋ ਮਿਆਂ ਲੜਨ ਤੋ ਲੋੜੁਚੀ ਮੈਂ ਇਸੇ ਬਹੁਤ ਖੁਸ਼ ਸੀ ਯੇ ਬਤਾ ਸੁਣਾ ਸੀ ਤੀਨ ਚਾਲ ਡੋਰਲ ਬੁਹਾਤ ਢਣਕੀ ਥਾਏ ਤਾਂ ਯੀਸੂ ਤਨਕੇ ਛੂੰਗੀ ਕੇ ਬੁਏਲੀ ਡੋਰਾ ਨੇ ਠਾਰਾ ਵਾਵਾ। ਜਬ ਤਨਿਲ ਵੋਰ ਫੋਰ ਦੇਖੀ ਤਾਂ ਤਨਕੇ ਯੀਸੂ ਫਾੜੀ ਕੇ ਤਾਕ ਪੇ ਬੇ ਨਹੀਂ ਦਿਖੀ ਹੋਈ ਤਾਕ ਬ ਯੀਸੂ ਦ ਸੀ ਤੀਨ ਚਾਲ ਤੋਵਾ ਆਈ ਤੇ ਯੀਸੂ ਤਨ ਮੈਂ ਬੋਲੀ ਏਕ ਚੁੱਬ ਹੋਏ ਯੇ ਬਾਰਾ ਮੈਂ ਕੇ ਤਨ ਮੈਂ ਕੁਛ ਵੀ ਨਹੀਂ ਪਵਾ ਲਿਆ ਮੈਂ ਜਲਦੀ ਮੋਰੀ ਜੋਲ ਫਿਰ ਤੀਨ ਦਿਨ ਬਾਅਦ ਮੈਂ ਜੂਨ ਹੋਈ ਜੋਲ ਤੇ ਬਾਅਦ ਤੁਮ ਲੋਗਨ ਮੈਂ ਬਤੇ ਸੌਕਨ। ਮੱਤੀ ਅਧਿਆਇ 17:1-9 ਮਰਕੁਸ 9:2-8 ਲੂਕਾ 9:28-36 ਬਾਈਬਲ ਯੋ ਕਥਾ।